पंजाब के मोगा जिले में पांच जगह पर NIA वालों रेड की गल की जाए तलवंडी भगेरिया निधावाला निहाल सिंह वाले तलवंडी रसिंह के रेड की गई कि देखा जाए मोगा के पांच जगह के उत्ते रेड की गई NIA सुबह 5 बजे तो NIA रेड कर तस्वीर देख सकते उस घर के मोगा के रजिंद्रा स्टेडियम के जरा कि इस जगह के कारोबारी की कोठी है उस जगह रेड की तस्वीर दे रहे पंजाब पुलिस के जवान बाहर तैनात किए गए हैं। NIA रेड चल रही सुबह 5 बजे चली है करीब रात देर रात जो NIA मोगा के पहुंची सी उस तो बाद पुलिस पंजाब पुलिस लैके ज्वाइंट ऑपरेशन किया जा रहा उस तो बाद देखा जाए तो कई कारोबारियों के घर के उत्ते रेड की जा रही है कई गैंगस्टर जिहड़े कि तालुकात ने कई गैंगस्टर उन्होंने कितने कोई टैररिज्म में जुड़े हुए लोग ने उन्होंने जगह पर जी रेड की जा रही कित ना कि देखा जाए मोगा के पांच जगह पर रेड की गई है तलवंडी भगेरिया निहाल सिंह रसिंगे पिंड बदनी किला मोगा रजिंद्रा स्टेट के विच्च निधाले पिंड के पांच जगह पर रेड की गई है। इस तो बाद पता चल पाएगा यूनिवर्सिटी बाद कितना की निकल के बाहर आता है फिर हाल जी रेड चल रही है। गुरदेव पम लिविंग इंडिया न्यूज़ मोगा। पंजाब के मोगा जिले में पांच जगह पर NIA वालों रेड की गई गल की जाए तलवंडी भगेरिया निधावाला निहाल सिंह वाले तलवंडी रसिंह के ਦੇ ਵਿੱਚ ਰੇਡ ਕੀਤੀ ਗਈ ਕਿਤੇ ਦੇਖਿਆ ਜਾਵੇ ਮੋਗਾ ਦੇ ਪੰਜ ਜਗ੍ਹਾ ਦੇ ਉੱਤੇ ਰੇਡ ਕੀਤੀ ਗਈ NIA ਸੁਬਾਹ 5 ਵਜੇ ਤੋਂ NIA ਰੇਡ ਕਰ ਤਸਵੀਰਾਂ ਦੇਖ ਸਕਦੇ ਸੀ ਉਸੇ ਘਰ ਦੇ ਮੋਗਾ ਦੇ ਰਜਿੰਦਰਾ ਸਟੇਡੀਅਮ ਦੇ ਵਿੱਚ ਜਿਹੜਾ ਕਿ ਇਸ ਜਗ੍ਹਾ 'ਤੇ ਕਾਰੋਬਾਰੀ ਦੀ ਕੋਠੀ ਆ ਉਹ ਜਗ੍ਹਾ ਰੇਡ ਕੀਤੀ ਤਸਵੀਰਾਂ ਦੇ ਪੰਜਾਬ ਪੁਲਿਸ ਦੇ ਜਵਾਨ ਬਾਹਰ ਤੈਨਾਤ ਕੀਤੇ ਗਏ ਨੇ NIA ਰੇਡ ਚੱਲ ਰਹੀ ਸੁਬਾਹ 5 ਵਜੇ ਚੱਲ ਰਹੀ ਆ ਕਰੀਬ ਰਾਤ ਦੇਰ ਰਾਤ ਜਿਹੜੇ NIA ਮੋਗਾ ਦੇ ਵਿੱਚ ਪਹੁੰਚੀ ਸੀ ਉਸ ਤੋਂ ਬਾਅਦ ਪੁਲਿਸ ਨੂੰ ਨਾਲ ਪੰਜਾਬ ਪੁਲਿਸ ਨੂੰ ਲੈ ਕੇ ਜੁਆਇੰਟ ਆਪਰੇਸ਼ਨ ਕੀਤਾ ਜਾ ਰਿਹਾ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਕਈ ਕਾਰੋਬਾਰੀਆਂ ਦੇ ਘਰ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਕਈ ਗੈਂਗਸਟਰ ਜਿਹੜੇ ਕਿ ਤਾਲੁਕਾਤ ਨੇ ਕਈ ਗੈਂਗਸਟਰ ਉਹਨਾਂ ਕਿਤੇ ਕੋਈ ਟੈਰਰਿਜ਼ਮ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਜਗ੍ਹਾ 'ਤੇ ਜਿਹੜੀ ਰੇਡ ਕੀਤੀ ਜਾ ਰਹੀ ਕਿਤੇ ਨਾ ਕਿਤੇ ਦੇਖਿਆ ਜਾਏ ਮੋਗਾ ਦੇ ਵਿੱਚ ਪੰਜ ਜਗ੍ਹਾ 'ਤੇ ਰੇਡ ਕੀਤੀ ਗਈ ਆ ਤਲਵੰਡੀ ਭਗੇਰੀਆਂ ਨਿਹਾਲ ਸਿੰਘ ਰਸੀਂਗੇ ਪਿੰਡ ਬਦਨੀ ਕਿਲਾ ਮੋਗਾ ਰਜਿੰਦਰਾ ਸਟੇਟ ਦੇ ਵਿੱਚ ਅਤੇ ਨਿਧਾਲੇ ਪਿੰਡ ਦੇ ਵਿੱਚ ਪੰਜ ਜਗ੍ਹਾ 'ਤੇ ਰੇਡ ਕੀਤੀ ਗਈ ਆ। ਇਸ ਤੋਂ ਬਾਅਦ ਪਤਾ ਚੱਲ ਪਾਏਗਾ ਯੂਨੀਵਰਸਿਟੀ ਬਾਅਦ ਵਿੱਚ ਕਿਤੇ ਨਾ ਕੀ ਨਿਕਲ ਕੇ ਬਾਹਰ ਆਉਂਦਾ ਹੈ ਫਿਰ ਹਾਲ ਜਿਹੜੀ ਰੇਡ ਚੱਲ ਰਹੀ ਹੈ। ਗੁਰਦੇਵ ਪੰਮ ਲਿਵਿੰਗ ਇੰਡੀਆ ਨਿਊਜ਼ ਮੋਗਾ। ਪੰਜਾਬ ਦੇ ਮੋਗਾ ਜ਼ਿਲ੍ਹਾ 'ਚ ਪੰਜ ਜਗ੍ਹਾ 'ਤੇ NIA ਵੱਲੋਂ ਰੇਡ ਕੀਤੀ ਗਈ ਗੱਲ ਕੀਤੀ ਜਾਵੇ ਤਲਵੰਡੀ ਭਗੇਰੀਆਂ ਨਿਧਾਵਾਲਾ ਨਿਹਾਲ ਸਿੰਘ ਵਾਲੇ ਤਲਵੰਡੀ ਰਸੀਂ ਕੇ ਦੇ ਵਿੱਚ ਰੇਡ ਕੀਤੀ ਗਈ ਕਿਤੇ ਦੇਖਿਆ ਜਾਵੇ ਮੋਗਾ ਦੇ ਪੰਜ ਜਗ੍ਹਾ ਦੇ ਉੱਤੇ ਰੇਡ ਕੀਤੀ ਗਈ NIA ਸੁਬਾਹ 5 ਵਜੇ ਤੋਂ NIA ਰੇਡ ਕਰ ਤਸਵੀਰਾਂ ਦੇਖ ਸਕਦੇ ਸੀ ਉਸੇ ਘਰ ਦੇ ਮੋਗਾ ਦੇ ਰਜਿੰਦਰਾ ਸਟੇਡੀਅਮ ਦੇ ਵਿੱਚ ਜਿਹੜਾ ਕਿ ਇਸ ਜਗ੍ਹਾ 'ਤੇ ਕਾਰੋਬਾਰੀ ਦੀ ਕੋਠੀ ਆ ਉਸ ਜਗ੍ਹਾ ਰੇਡ ਕੀਤੀ ਤਸਵੀਰਾਂ ਦੇ ਪੰਜਾਬ ਪੁਲਿਸ ਦੇ ਜਵਾਨ ਬਾਹਰ ਤੈਨਾਤ ਕੀਤੇ ਗਏ ਨੇ। NIA ਰੇਡ ਚੱਲ ਰਹੀ ਸੁਬਾਹ 5 ਵਜੇ ਚੱਲ ਰਹੀ ਆ ਕਰੀਬ ਰਾਤ ਦੇਰ ਰਾਤ ਜਿਹੜੇ NIA ਮੋਗਾ ਦੇ ਵਿੱਚ ਪਹੁੰਚੀ ਸੀ ਉਸ ਤੋਂ ਬਾਅਦ ਪੁਲਿਸ ਨੂੰ ਨਾਲ ਪੰਜਾਬ ਪੁਲਿਸ ਨੂੰ ਲੈ ਕੇ ਜੁਆਇੰਟ ਆਪਰੇਸ਼ਨ ਕੀਤਾ ਜਾ ਰਿਹਾ ਉਸ ਤੋਂ ਬਾਅਦ ਦੇਖਿਆ ਜਾਵੇ ਤਾਂ ਕਈ ਕਾਰੋਬਾਰੀਆਂ ਦੇ ਘਰ ਦੇ ਉੱਤੇ ਰੇਡ ਕੀਤੀ ਜਾ ਰਹੀ ਹੈ ਕਈ ਗੈਂਗਸਟਰ ਜਿਹੜੇ ਕਿ ਤਾਲੁਕਾਤ ਨੇ ਕਈ ਗੈਂਗਸਟਰ ਉਹਨਾਂ ਕਿਤੇ ਕੋਈ ਟੈਰਰਿਜ਼ਮ ਨਾਲ ਜੁੜੇ ਹੋਏ ਲੋਕ ਨੇ ਉਹਨਾਂ ਜਗ੍ਹਾ 'ਤੇ ਜਿਹੜੀ ਰੇਡ ਕੀਤੀ ਜਾ ਰਹੀ ਕਿਤੇ ਨਾ ਕਿਤੇ ਦੇਖਿਆ ਜਾਏ ਮੋਗਾ ਦੇ ਵਿੱਚ ਪੰਜ ਜਗ੍ਹਾ 'ਤੇ ਰੇਡ ਕੀਤੀ ਗਈ ਆ ਤਲਵੰਡੀ ਭਗੇਰੀਆਂ ਨਿਹਾਲ ਸਿੰਘ ਰਸੀਂਗੇ ਪਿੰਡ ਬਦਨੀ ਕਿਲਾ ਮੋਗਾ ਰਜਿੰਦਰਾ ਸਟੇਟ ਦੇ ਵਿੱਚ ਅਤੇ ਨਿਧਾਲੇ ਪਿੰਡ ਦੇ ਵਿੱਚ ਪੰਜ ਜਗ੍ਹਾ 'ਤੇ ਰੇਡ ਕੀਤੀ ਗਈ ਆ। ਇਸ ਤੋਂ ਬਾਅਦ ਪਤਾ ਚੱਲ ਪਾਏਗਾ ਯੂਨੀਵਰਸਿਟੀ ਬਾਅਦ ਵਿੱਚ ਕਿਤੇ ਨਾ ਕੀ ਨਿਕਲ ਕੇ ਬਾਹਰ ਆਉਂਦਾ ਹੈ ਫਿਰ ਹਾਲ ਜਿਹੜੀ ਰੇਡ ਚੱਲ ਰਹੀ ਹੈ। ਗੁਰਦੇਵ ਪੰਮ ਲਿਵਿੰਗ ਇੰਡੀਆ ਨਿਊਜ਼ ਮੋਗਾ।